40 साल बाद इकट्ठे होकर बचपन दी यादां नूं कीता ताज़ा। MMC सैकेंडरी स्कूल धारीवाल विचों 1976 विच 10वीं पास करने वाले जमातियां दे 44 साल बाद इकत्रा अपनी हवेली दे मालक संतोख सिंह चहल अते एडवोकेट इंद्रजीत सिंह बाजवा ने यतना सदका धारीवाल विखे होई, जिस विच उन्हां ने अपने वल्लों अपने स्कूल दे समां नूं यादा करके चेते करके अते अपने आप नूं जिंदगी दे सफर नूं इक दूसरे नाल सांझा कीता अते अपने बचपन दी यादां नूं ताज़ा कीता। इस मौके पर एडवोकेट इंद्रजीत सिंह बाजवा ते संतोख सिंह चाहल ने कहा कि असी बड़े ही सुभाग्य हाँ कि 44 साल बाद इकट्ठे होकर अपने आप नूं तंदुरुस्त महसूस कर रहे हैं अते उन्हां वल्लों अपने उन्हां साथियों नूं भी याद किया गया जो इस समय दौरान दुनिया नूं अलविदा जां गुरु के चरणों में जाके विराजे हैं। इस मौके पर जगजीत सिंह, लखविंदर सिंह, बलविंदर सिंह धर्म, अजैब सिंह, मोहिंदर सिंह, रणजीत सिंह, अश्वनी कुमार, हीरा लाल, जगजीत सिंह लखा, मलविंदर सिंह, तरसेम मसीह, मनजीत मसीह आदि हाजिर सन। ਸਾਰਾ ਸਿਹਰਾ ਰਾਇਆ ਕਿ ਜਗਜੀਤ ਸਿੰਘ ਸਾਡੇ ਦੋਸਤ ਆ, ਜਗਜੀਤ ਸਿੰਘ ਲਾਲੀ ਅੰਮ੍ਰਿਤਸਰ ਤੋਂ, ਉਹ ਕੁਝ ਦਿਨ ਪਹਿਲਾਂ ਮਿਲੇ ਸੀਗੇ। ਉਹਨੇ ਕਿਹਾ ਵੀ ਮੈਂ ਹੋਰਨਾਂ ਦੋਸਤਾਂ ਮਿਲਣਾ ਚਾਹੁੰਦਾ। ਫਿਰ ਮੈਂ ਸੰਤੋਖ ਸਿੰਘ, ਜਿਹੜੇ ਇਹਦੇ ਮਾਲਕ ਨੇ ਇਸ ਆਪਣੇ ਰੈਸਟੋਰੈਂਟ ਦੇ, ਇਹਦੇ ਕਹਿੰਦਾ ਪੈਲਸ ਦੇ ਆਪਣੀ ਹਵੇਲੀ ਵਾਲੇ, ਉਹਨਾਂ ਨਾਲ ਮੈਂ ਕੁਛ ਕੀਤੀ ਗੱਲਬਾਤ। ਉਹ ਕਹਿੰਦਾ ਮੈਨੂੰ ਉਹਦੀ ਗੱਲ ਕੋਈ ਨਹੀਂ ਹੈਗੀ। ਅਸੀਂ ਫਿਰ ਸਾਰੇ ਦੋਸਤਾਂ ਨੂੰ ਜਿੱਥੇ ਸਾਡੇ ਕੋਂਟੈਕਟ 'ਚ ਆ ਗਏ ਸੀ ਉਹਨਾਂ ਸਾਰਿਆਂ ਨੂੰ ਸੱਦਿਆ। ਅਸੀਂ ਸਾਰੇ MMission ਹਾਈ ਸਕੂਲ ਧਾਰੀਵਾਲ ਦੇ 1976 ਬੈਚ ਦੇ ਮੈਟ੍ਰਿਕ ਵਾਲੇ ਬੱਚੇ ਸਾਰੇ ਬੱਚੇ ਕਹਿ ਲਿਆ ਆਪਣੇ ਆਪ ਭਾਵੇਂ ਬੁੱਢੇ ਹੋ ਗਏ ਆ, ਉਦੋਂ ਬੱਚੇ ਸੀ ਅਸੀਂ, ਉਹ ਸਾਰੇ ਸਟੂਡੈਂਟ ਇਕੱਠੇ ਹੋਏ, ਜਮਾਤੀ ਇਕੱਠੇ ਹੋਏ ਆ। ਅੱਜ ਸਾਨੂੰ ਬਹੁਤ ਆਨੰਦ ਆਇਆ। ਸਾਡੇ ਦੋਸਤ ਨੇ ਇੱਕ ਸਵਾਲ ਵੀ ਕੀਤਾ ਸੀ ਕਿ ਤੁਹਾਨੂੰ ਕਦੋਂ ਸਭ ਤੋਂ ਵੱਧ ਤੁਸੀਂ ਕਦੋਂ ਖੁਸ਼ ਹੋਏ। ਅਸੀਂ ਕਿਹਾ ਅੱਜ ਖੁਸ਼ ਹੋਏ ਆ ਕਿਉਂਕਿ ਅੱਜ ਅਸੀਂ 44-40 ਸਾਲ ਬਾਅਦ ਮਿਲੇ ਹਾਂ, ਫਿਰ ਇਕੱਠੇ ਹੋਏ ਹਾਂ ਅਤੇ ਫਿਰ ਪੁਰਾਣੀ ਯਾਦਾਂ ਜਿਹੜੀਆਂ ਤਾਜ਼ਾ ਕੀਤੀਆਂ ਨੇ। ਬਾਜਵਾ ਆਉਂਦੇ ਆ, ਬਹੁਤ ਵਧੀਆ ਮਹਿਸੂਸ ਹੋ ਰਿਹਾ ਕਿਉਂਕਿ ਸਾਨੂੰ ਉਹ ਚਿਹਰੇ ਵੀ ਯਾਦ ਆ ਜਿਹੜੇ ਹੁਣ ਇੰਨੇ 40 ਸਾਲ ਦੇ ਵਿੱਚ ਜਿਹੜਾ ਅਸੀਂ ਦੁਨੀਆ ਦੇ ਨਾਲ ਸੰਘਰਸ਼ ਕੀਤਾ ਅਤੇ ਹੁਣ ਚਿਹਰੇ 'ਚ ਬੜਾ ਫਰਕ ਪੈ ਗਿਆ, ਪਰ ਫਿਰ ਵੀ ਸਾਡੇ ਵਿੱਚ ਉਹ ਹਲੇ ਦਿਲ ਜਿਹੜਾ ਸਾਡੇ ਨਾ ਉਹ ਸਾਡੇ ਚਿਹਰੇ ਲੁਕੇ ਜਿਹੜੇ ਸਾਡੇ ਸਾਹਮਣੇ ਆਏ ਆ ਅਤੇ ਅੱਜ ਫਿਰ ਉਹ ਤਾਜ਼ੀ ਕੀਤੀਆਂ ਗੱਲਾਂ ਜਿਹੜੀਆਂ ਕਦੀ ਕਲਾਸ 'ਚ ਬਹਿ ਕੇ, ਸਕੂਲ 'ਚ ਬਹਿ ਕੇ, ਗਰਾਊਂਡ 'ਚ ਬਹਿ ਕੇ ਕਰਦੇ ਹੁੰਦੇ ਸੀਗੇ ਜਾਂ ਕਿਸੇ ਸ਼ਰਾਰਤਾਂ ਕਰਦੇ ਹੁੰਦੇ, ਅੱਜ ਫਿਰ ਅਸੀਂ ਯਾਦ ਕੀਤਾ ਅਤੇ ਬਹੁਤ ਆਨੰਦ ਆਇਆ, ਸਾਰਾ ਬੜਾ ਇੰਜੋਏ ਕੀਤਾ। ਅਤੇ ਉਪਰਾਲਾ ਵਾ ਜਗਜੀਤ ਸਿੰਘ, ਸੰਤੋਖ ਸਿੰਘ, ਬਾਕੀ ਸਾਰੇ ਮਿੱਤਰਾਂ ਜਿਹਨਾਂ ਨੂੰ ਟੈਲੀਫੋਨ ਕੀਤਾ ਸੀ, ਅਤੇ ਅੰਮ੍ਰਿਤਸਰ ਤੋਂ ਮੇਰੇ ਦੋਸਤ ਆਏ, ਰਨ ਭਾਇਆ ਜੀ, ਇੱਕ ਜਲੰਧਰ ਤੋਂ ਆਏ ਆ ਲਖਵਿੰਦਰ ਸਿੰਘ, ਇੱਦਾਂ ਹੀ ਦੂਰ ਤੋਂ ਆਏ ਆ। ਸਾਡੇ ਇੱਕ ਹੋਰ ਦੋਸਤ ਇਮਾਨੁਅਲ ਨਾਹਰ, ਉਹ ਇਸ ਵੇਲੇ ਮਨਾਰਟੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਆ, ਉਹਨਾਂ ਨੂੰ ਅਸੀਂ ਕਿਹਾ ਸੀਗਾ ਪਰ ਉਹ ਅੱਜ ਆਪਣੇ ਜਿਵੇਂ ਕਿ ਨਹੀਂ ਆ ਸਕੇ। ਅਗਲੀ ਜਿਹੜੀ ਮੀਟਿੰਗ ਰੱਖਾਂਗੇ ਜਦੋਂ ਜਿੱਥੇ ਇਕੱਠੇ ਹੋਵਾਂਗੇ ਉਹਨਾਂ ਨੂੰ ਸੱਦਾਂਗੇ ਅਸੀਂ। ਔਰ ਹੋਰ ਵੀ ਸਾਰੇ, ਜਗਜੀਤ ਸਿੰਘ ਜਿਹੜਾ ਆਪਣੇ ਅੰਮ੍ਰਿਤਸਰ ਤੋਂ, ਉਹਨੇ ਸਾਨੂੰ ਕਿਹਾ ਵਾ ਵੀ ਮੇਰੇ ਕੋਲ ਇਕੱਠੇ ਹੋਣਾ ਸਾਰਾ, ਉਹਦਾ ਮਨ ਵਿੱਚ ਬੜਾ ਚਾਅ ਵਾਲੇ ਵੀ, ਉਹ ਕਹਿੰਦਾ ਦਲਜੀਤ ਸਿੰਘ ਇੱਕ ਚੰਡੀਗੜ੍ਹ ਤੋਂ ਆ, ਉਹ ਨਹੀਂ ਆ ਸਕੇ, ਅਗਲੀ ਵਾਰ ਸ਼ਾਇਦ ਉਹ ਤੁਹਾਨੂੰ ਮਿਲਣ। ਸੋ ਬਹੁਤ ਇੰਜੋਏ ਕੀਤਾ, ਬਹੁਤ ਆਨੰਦ ਆਇਆ, ਅੱਜ ਫਿਰ ਸਾਂਝੀਆਂ ਕੀਤੀਆਂ, ਬਚਪਨ ਹੋਰ ਅਤੇ ਜਵਾਨੀ ਹੋਰ ਅਤੇ ਜਿਹੜਾ ਹੁਣ ਆ ਉਹ ਵੀ ਸਾਂਝੀ ਕੀਤਾ ਸੀ ਕਿ ਆਪਣੇ ਤੁਹਾਡੇ ਕੀ ਹਾਲਾਤ ਆ, ਆਪਣੇ ਤੁਸੀਂ ਕਿੱਦਾਂ, ਬੱਚੇ ਤੁਹਾਡੇ ਸਾਰੇ ਸੁੱਖ ਨੇ, ਸਾਰੇ ਸੁੱਖੀ ਸਾਂਝੀ ਸੈੱਟ ਨੇ, ਸਾਰਿਆਂ ਦੇ ਬੱਚੇ ਜਿਹੜੇ ਆ ਇਸ ਵੇਲੇ ਆਪਣੀ ਥਾਂ ਸੈਟਿੰਗ ਆ, ਕੁਝ ਹਾਂ ਇੱਕ ਜੈਸ ਦਾ ਪੋਤਾ ਵੀ ਨਾਲ ਆਇਆ, ਸਾਨੂੰ ਵੇਖ ਕੇ ਬੜੀ ਖੁਸ਼ੀ ਹੋਈ ਆ, ਅਤੇ ਬਾਕੀ ਸਾਰਿਆਂ ਦਾ ਵੀ ਜਿਹੜਾ ਨਾ ਬੱਚੇ ਜਿਹੜੇ ਆਪਣੀ ਥਾਂ 'ਤੇ ਸਾਰੇ ਸੈੱਟ ਨੇ, ਸਾਡੇ ਬੜੀ ਖੁਸ਼ੀ ਹੋਈ ਆ। ਕੁਝ ਬੱਚੇ ਨਾਲ ਵਿਆਹ ਕਰਨ ਵਾਲੇ ਆ, ਅਸੀਂ ਉਹਨੂੰ ਕਿਹਾ ਵੀ ਹੁਣ ਅਸੀਂ ਅੱਗੇ ਵਿਆਹ ਦੇ ਨਹੀਂ ਇਕੱਠੇ ਹੋਏ, ਆਪਣੇ ਵਿਆਹ ਦੇ ਨਹੀਂ ਇਕੱਠੇ ਹੋਏ ਦੂਜੇ ਦੇ, ਹੁਣ ਬੱਚੇ ਦੇ ਵਿਆਹ ਸਾਨੂੰ ਇਕੱਠੇ ਕਰ ਲਿਆ, ਫਿਰ ਅਸੀਂ ਆਨੰਦ ਕਰਾਂਗੇ ਇਸ ਗੱਲ। ਕੋਈ ਜਾਤ ਸਿਰ ਰੱਖਦੇ ਆ, ਪਰ ਹਰ ਬੰਦੇ ਦੀ ਆਪਣੇ ਆਪਣੀ ਕਿੰਨਾ ਹਾਲਾਤ ਹੁੰਦੀ ਆ, ਆਪਣੀ ਮਨ ਦੀ ਤਮੰਨਾ ਹੁੰਦੀ ਆ, ਖਿੱਚ ਹੁੰਦੀ ਆ, ਉਹ ਕਈ ਵਾਰ ਨਹੀਂ ਇਕੱਠੇ ਹੋ ਸਕਦੇ, ਪਰ ਸਾਨੂੰ ਇਹ ਬੜੀ ਖੁਸ਼ੀ ਹੋਈ ਕਿ ਅਸੀਂ ਇਸ ਵੇਲੇ ਅੱਜ ਅਸੀਂ 16 ਨੂੰ ਇਨਵਾਈਟ ਕੀਤਾ ਸੀਗਾ, ਉਹਨਾਂ 14 ਜਿਹੜੇ ਇਕੱਠੇ ਹੋਏ ਆ ਅਸੀਂ, ਅਤੇ ਅਗਲੀ ਵਾਰ ਬਾਕੀ ਜਿਹੜੇ ਆ ਜਿਹੜੇ ਨਹੀਂ ਅੱਜ ਆ ਸਕੇ ਜਾਂ ਜਿਹਨਾਂ ਨੂੰ ਨਹੀਂ ਪਤਾ ਜੇ ਮਿਲ ਪੈਣਗੇ ਉਹਨਾਂ ਨੂੰ ਇਕੱਠੇ ਕਰਾਂਗੇ। ਅਸੀਂ ਪੂਰੀ ਕਲਾਸ ਦੇ ਜਿਹੜੇ ਆਪਣੇ ਜਮਾਤੀ ਸਾਰੇ ਜਿਹੜੇ ਕਲਾਸ ਫੈਲੋ ਉਹਨੂੰ ਸਾਰਿਆਂ ਨੂੰ ਇਕੱਠਾ ਕਰਨਾ ਚਾਹੁੰਦੇ, ਸਾਰਿਆਂ ਨਾਲ ਗੱਲ ਸਾਂਝੀ ਕਰਨੀ ਚਾਹੁੰਦੀ ਆ ਵੀ ਤੁਹਾਡਾ ਕੀ ਹਾਲ ਆ, ਤੁਹਾਡਾ ਪਿੱਛੇ ਕਿੱਦਾਂ ਰਿਹਾ, ਔਰ ਬੜਾ ਇੰਜੋਏ ਕੀਤਾ ਅੱਜ ਅਸੀਂ। ਮੈਂ ਅੰਮ੍ਰਿਤਸਰ ਤੋਂ ਰਿਟਾਇਰ ਹਾਂ ਜੀ, ਟੈਲੀਫੋਨ ਡਿਪਾਰਟਮੈਂਟ 'ਚੋਂ। ਮੇਰੀ ਬੜੀ ਇੱਕ ਖਾਹਿਸ਼ ਸੀ ਕਿ ਮੈਂ ਖੁਦ ਪ੍ਰੋਫੈਸ਼ਨਲ ਰਿਹਾ, ਖੇਡ ਖੇਡੀ ਆਲ ਇੰਡੀਆ ਇੰਟਰਨੈਸ਼ਨਲ ਜਿੰਨੀ ਵੀ ਮੈਂ ਖੇਡੀ ਹੋਈ ਆ, ਅਤੇ ਮੇਰੇ ਦਿਮਾਗ 'ਚ ਇੱਕ ਚੀਜ਼ ਆਈ ਜਦੋਂ ਆਪਾਂ ਗਰੁੱਪ ਇੱਕ ਬਣਾਇਆ ਆਲਰੇਡੀ, ਅਤੇ ਕ੍ਰਿਕਟ ਖੇਡਦੇ ਸੀ ਸਾਨੂੰ 82 ਤੋਂ, ਅਤੇ ਇੱਕ ਬੜੀ ਦਿਮਾਗ 'ਚ ਆਈ ਕਿ ਆਪਣਾ ਇੱਧਰ ਦਾ ਜਿਹੜੇ 10ਵੀਂ ਜਿਹੜੀ ਇਕੱਠੇ ਕੀਤੀ ਆ ਉਹ ਵੀ ਕਿਸੇ ਤਰੀਕੇ ਨਾਲ ਨਾ ਆਪਾਂ ਇਕੱਠੇ ਹੋ ਸਕੀਏ, ਅਤੇ ਜਿੰਨਾ ਅੱਜ ਆਨੰਦ ਲਿਆ ਇਹ ਕਿਸੇ ਦਿਨ ਵੀ ਹੋਰ ਕਦੀ ਇੱਦਾਂ ਆਨੰਦ ਨਹੀਂ ਲਿਆ ਜਿੰਨਾ ਅੱਜ ਆਇਆ। ਇਹ ਉਪਰਾਲਾ ਬਾਜਵਾ ਸਾਹਿਬ ਦਾ ਸੀਗਾ ਕਿ ਇਹਨਾਂ ਨੇ ਇੰਨੇ ਐਫਰਟ ਕੀਤੇ ਵੀ ਸਾਰੇ ਬੰਦੇ ਇਕੱਠੇ ਕਰ ਲਏ, ਸਾਨੂੰ ਬੜਾ ਅੱਛਾ ਰਿਹਾ ਵੀ ਆਪਾਂ ਕਲੱਬ ਬਣਾਈ ਓਲਡ ਇਜ਼ ਗੋਲਡ ਦੀ ਕਲੱਬ ਬਣਾ ਕੇ ਫਿਰ ਆਪਾਂ ਉਹਦੇ ਅੰਡਰ ਮੀਟਿੰਗਾਂ ਜਿਹੜੀਆਂ ਸਾਹ ਪਾਟਰ ਜੀ ਮਿਲਿਆ ਕਰਿਆ ਕਰਦੇ ਇੱਦਾਂ ਤੁਹਾਡੇ ਮਨ 'ਚ ਖਿਆਲ ਆਇਆ
चेहरे मैं इंज महसूस होंगे कि अं अज पहले दिन मास्टर गुड्डू जी ही साढ़े सत्कार योग उ पहली वाले क्लास वाले सू चेहरे लभे अ खुशी भी सूँ इदा ही हुई है कि जिदा ही अच्छा सा फिर बचपन शुरू हो सारे रिटायर हाँ आप अपने कारोबारा तो सारे सैट ने बड़ी बख्शिश हुई है महाराज की अं साडे एडवोकेट इंद्रजीत सिंह जी होनी उन्होंने सारे बीता शुरू है उन्होंने करके कट्ठे हो।